ਜੀ ਅਸਲਾਮ ਵਾਲੇਕਮ ਦੋਸਤੋ, ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਅਤੇ ਕਾਫ਼ੀ ਦੋਸਤਾਂ ਦੇ ਕਮੈਂਟ ਆ ਰਹੇ ਸਨ ਕਿ ਸਾਨੂੰ ਜਿਹੜਾ ਗੋਟਾ ਹੈ ਬਦਾਮਾਂ ਦਾ, ਸਰਦਾਈ ਜਿਸਨੂੰ ਆਖਦੇ ਨੇ, ਉਹ ਤੁਸੀਂ ਵੀਡੀਓ ਵਗੈਰਾ ਅਪਲੋਡ ਕਰਦੇ ਹੋ ਅਤੇ ਤੁਸੀਂ ਉਸ ਬਣਾਉਣ ਦਾ ਤਰੀਕਾ ਵੀ ਸਾਨੂੰ ਦੱਸੋ। ਅਤੇ ਅੱਜ ਤੁਹਾਨੂੰ ਸਰਦਾਈ ਬਣਾਉਣ ਦਾ ਤਰੀਕਾ ਦੱਸਾਂਗੇ। ਸਭ ਤੋਂ ਪਹਿਲਾਂ ਤੁਸੀਂ ਗਿਰੀਆਂ ਲੈ ਲੈਣੀਆਂ ਨੇ, ਜਿਸ ਤਰ੍ਹਾਂ ਕਿ ਤੁਸੀਂ ਗੋਟਾ ਪੀਣਾ ਚਾਹੁੰਦੇ ਹੋ। ਇਹ ਦੋ ਭਲਵਾਨਾਂ ਦੀਆਂ ਗਿਰੀਆਂ ਨੇ ਸਾਡੀਆਂ, ਤੁਸੀਂ ਵੇਖ ਸਕਦੇ ਹੋ। ਸਭ ਤੋਂ ਪਹਿਲੇ ਪਾਣੀ ਹੈ, ਕੋਸ਼ਿਸ਼ ਕਰਨੀ ਜਿਹੜੀ ਕੁੰਡੀ ਹੈ ਨਾ, ਸਭ ਤੋਂ ਪਹਿਲੇ ਕੁੰਡੀ ਧੋਣੀ ਹੈ, ਡੰਡਾ ਧੋਣਾ ਅੱਛੀ ਤਰ੍ਹਾਂ। ਉਸ ਤੋਂ ਬਾਅਦ ਆਪਣੇ ਹੱਥ ਵਾਸ਼ ਕਰਕੇ ਅੱਛੀ ਤਰ੍ਹਾਂ ਫਿਰ ਤੁਸੀਂ ਬੈਠਣਾ ਇਸ ਕੰਮ ਵਾਸਤੇ। ਉਸ ਤੋਂ ਬਾਅਦ ਲੈ ਲੈਣਾ ਜੀ ਤੁਸੀਂ ਚਾਰ ਮਗਜ਼, ਇਹ ਸੜ ਲੈਣੇ ਨੇ। ਇਹ ਜੀ ਸਫੈਦ ਜ਼ੀਰਾ, ਇਹ ਵੀ ਥੋੜ੍ਹਾ ਸੜ ਲੈਣਾ। ਉਸ ਤੋਂ ਬਾਅਦ ਤਿੰਨ ਤੋਂ ਚਾਰ ਜਾਂ ਪੰਜ ਇਲਾਚੀਆਂ ਸੜ ਲੈਣੀਆਂ ਨੇ ਵਿੱਚ, ਠੀਕ ਹੈ। ਇੱਕ ਚਮਚ ਸੌਂਫ ਹੋ ਗਈ, ਇਹ ਤੁਸੀਂ ਸੜ ਲੈਣੀ ਵਿੱਚ। ਉਸ ਤੋਂ ਬਾਅਦ ਜਿਹੜੀ ਕਾਲੀ ਮਿਰਚ ਹੈ ਨਾ, ਇਹ ਤੁਸੀਂ ਜਿਤਨੀ ਕਿ ਪਸੰਦ ਕਰਦੇ ਹੋ। ਵੈਸੇ ਰੂਟੀਨਾਂ ਤਕਰੀਬਨ 10 ਕੁ ਦਾਣੇ ਕਾਫੀ ਹੁੰਦੇ ਨੇ। ਅਗਰ ਦੋ ਬੰਦੇ ਨੇ ਸਰਦਾਈ ਪੀਣੀ ਹੈ, ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ। ਉਸ ਤੋਂ ਬਾਅਦ ਬਿਸਮਿਲਾ ਪਾੜ ਕੇ ਰਗੜਾ ਲਾਉਣਾ ਸ਼ੁਰੂ ਕਰਨਾ। ਅਤੇ ਮਜ਼ੀਦ ਜਿਹੜੀ ਨਾ ਚੀਜ਼ਾਂ ਦੀ ਸਫਾਈ ਹੋਣੀ ਚਾਹੀਦੀ, ਸਾਫ਼ ਸੁਥਰਾ ਸਮਾਨ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਸੀਂ ਗੋਟਾ ਬਣਾਉਣਾ ਸਟਾਰਟ ਕਰਨਾ। ਕੁੰਡੀ ਦਾ ਖਾਸ ਖਿਆਲ ਕਰਨਾ, ਅੱਛੀ ਤਰ੍ਹਾਂ ਧੋਣੀ ਹੈ, ਹੱਥ ਆਪਣੇ ਵਾਸ਼ ਕਰਨੇ ਨੇ, ਕਿ ਤੁਹਾਡੇ ਹੱਥ ਵੀ ਯੂਜ਼ ਹੁੰਦੇ ਨੇ ਇਸ ਕੰਮ 'ਚ। ਉਸ ਤੋਂ ਬਾਅਦ ਡੰਡਾ ਜਿਹੜਾ ਹੈਗਾ, ਇਹ ਵੀ ਅੱਛੀ ਤਰ੍ਹਾਂ ਇਹਨੂੰ ਮਸਲਾਂ ਕੇ ਧੋਣਾ ਹੈਗਾ। ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰਨੀ ਆਪਣੇ ਨਾਲ ਇੱਕ ਬੰਦਾ ਲੈ ਲੈਣਾ। ਉਸ ਤੋਂ ਬਾਅਦ ਜਿਹੜੇ ਆ ਚੀਜ਼ ਮਟੀਰੀਅਲ ਹੋਵੇਗਾ, ਤੁਸੀਂ ਇੱਕ ਵਾਰੀ ਇਹਨੂੰ ਘੁੱਟਣਾ ਹਲਕਾ ਹਲਕਾ ਨਾ, ਦਾਬ ਦੇਣੀ ਜਿਸ ਟਾਈਮ ਆ ਜਾਏਗੀ ਅੱਛੀ ਤਰ੍ਹਾਂ ਪ੍ਰੈਸ ਹੋ ਜਾਏਗਾ। ਉਸ ਤੋਂ ਬਾਅਦ ਤੁਸੀਂ ਇਸਨੂੰ ਰਗੜਾ ਲਾਉਣਾ। ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਆਸਤਾ ਆਸਤਾ ਜਿਹੜਾ ਨਾ ਕੈਮਰਾਮੈਨ ਜ਼ੂਮ ਕਰਕੇ ਵਿਖਾਓ ਨਾ, ਇਸ ਤਰ੍ਹਾਂ ਆਸਤਾ ਆਸਤਾ ਨਾ ਇਹਨੂੰ ਸਾਰੇ ਸਮਾਨ ਨੂੰ ਤੁਸੀਂ ਕੁੱਟਣਾ ਹੈਗਾ। ਛੇਲੇ ਦੋਸਤੋ, ਅਤੇ ਮੈਂ ਹੁਣ ਇਹਨੂੰ ਪ੍ਰੈਸ ਕਰ ਲਿਆ ਹਲਕਾ ਹਲਕਾ, ਵੀ ਮਸਲਾਂ ਪੋਡਟਾਈ ਬਣ ਗਿਆ। ਕਾਫੀ ਦੋਸਤਾਂ ਕਮੈਂਟ ਇਹ ਵੀ ਆਉਣਗੇ ਕਿ ਤੁਸੀਂ ਖਸਖਾਸ ਨਹੀਂ ਪਾਈ। ਖਸਖਾਸ ਜਿਹੜੇ ਅਸੀਂ ਲੋਕਲ ਪੀਂਦੇ ਹਾਂ ਗੋਟਾ ਜਿਹੜਾ ਨਾ ਦੁਕਾਨਾਂ ਤੋਂ, ਉਹ ਗਿਰੀਆਂ 'ਚ ਪਾਉਂਦੇ ਕੌਣ ਨਹੀਂ, ਜਿਹੜੇ ਖਸਖਾਸ ਦੱਬਦੇ ਨੇ ਅਤੇ ਥੋੜ੍ਹੀਆਂ ਗਿਰੀਆਂ ਪਾ ਕੇ ਅਤੇ ਜ਼ਾਇਕਾ ਬਣਾ ਕੇ ਅਤੇ ਆਪਾਂ ਨੂੰ ਪਿਲਾ ਛੱਡਦੇ ਨੇ। ਇਹ ਜਿਹੜਾ ਗੋਟਾ ਕਰੇ ਜਵਾਨ ਪੀਵੇ ਅਤੇ ਭਲਵਾਨ ਹੋ ਜਾਏਗਾ, ਜੇ ਬੁੱਢਾ ਪੀਵੇ ਅਤੇ ਜਵਾਨ ਹੋ ਜਾਏਗਾ। ਇੱਕ ਨੰਬਰ ਗੋਟਾ ਹੈ, ਅਤੇ ਤੁਸੀਂ ਇਸ ਤਰ੍ਹਾਂ ਬਣਾਉਣਾ। ਕੈਮਰਾਮੈਨ ਫੋਕਸ ਕਰੋ ਥੋੜ੍ਹਾ ਜਿਹਾ ਕੁੰਡੀ 'ਤੇ, ਅਤੇ ਕੁੰਡੀ ਕੋਸ਼ਿਸ਼ ਕਰਨੀ ਵੱਡੇ ਸਾਈਜ਼ ਦੀ ਹੋਵੇ, ਅਤੇ ਫਿਰ ਹੀ ਤੁਹਾਡਾ ਜਿਹੜਾ ਗੋਟਾ ਨਾ, ਇੱਕ ਤਾਂ ਜਲਦੀ ਤਿਆਰ ਹੋਵੇਗਾ, ਇੱਕ ਰਗੜਾ ਉਹਨੂੰ ਅੱਛੀ ਤਰ੍ਹਾਂ ਲੱਗੇਗਾ, VIP ਬਣੇਗਾ, ਠੀਕ ਹੈ। ਡੰਡਾ ਦੋਰੀ ਥੋੜ੍ਹਾ ਤਕੜਾ ਮੁਲਤਾਨ ਦਾ ਹੋਵੇ, ਕੋਸ਼ਿਸ਼ ਕਰਨਾ। ਉਸ ਤੋਂ ਬਾਅਦ ਤੁਸੀਂ ਥੋੜ੍ਹਾ ਥੋੜ੍ਹਾ ਨਾ ਪਾਣੀ ਲਾਉਣਾ, ਪਾਣੀ ਲਾਓਗੇ ਅਤੇ ਫਿਰ ਰਗੜਾ ਅੱਛਾ ਲੱਗੇਗਾ, ਸਹੀ ਡੰਡਾ ਵਿੱਚ ਸਹੀ ਘੁੰਮਦਾ। ਪਾਣੀ ਤੁਹਾਨੂੰ ਪਤਾ ਫਿਰ ਜ਼ਰੂਰੀ ਹੈ। ਇਸ ਤੋਂ ਬਾਅਦ ਤੁਹਾਡੇ ਨਾਲ ਇੱਕ ਬੰਦਾ ਹੋਣਾ ਚਾਹੀਦਾ। ਹੁਣ ਮੇਰੇ ਨਾਲ ਜਿਹੜਾ ਬੰਦਾ ਉਹ ਕੈਮਰਾਮੈਨ ਹੀ ਕਰ ਰਿਹਾ ਫਿਲਹਾਲ, ਅਤੇ ਤੁਹਾਨੂੰ ਵਿਖਾਉਂਦੇ ਹਾਂ। ਇਸ ਤੋਂ ਬਾਅਦ ਤੁਸੀਂ ਇਹ ਤੁਹਾਡਾ ਸਟੈਪ ਹੋਵੇ ਕੁਛ, ਇੱਥੇ ਹੱਥ ਹੋਵੇ ਦੂਸਰਾ, ਇੱਕ ਦਿਨ ਤੁਹਾਡਾ ਇੱਥੇ ਹੱਥ ਉੱਤੇ ਜਿਹੜਾ ਨਾ ਥੋੜ੍ਹਾ ਖਿੱਚ ਕੇ ਵਧੇ ਡੰਡਾ ਪੂਰਾ, ਇੱਕ ਤਾਂ ਬਾਜ਼ੂਆਂ 'ਚ ਪਾਵਰ ਆਏਗੀ ਤੁਹਾਡੇ,
ਜ਼ੋਰ ਲੱਗੇਗਾ, ਉਸ ਤੋਂ ਬਾਅਦ ਗੋਟਾ ਵੀ ਬਣ ਜਾਏਗਾ। ਅਤੇ ਹੁਣ ਨੈਕਸਟ ਤੁਹਾਨੂੰ ਵਿਖਾਵਾਂਗੇ, ਹੁਣ ਅਸੀਂ ਰਗੜਾ ਲਾਣਗੇ ਨਾਲ, ਬੰਦਾ ਪਵਾ ਕੇ ਕੈਮਰਾਮੈਨ ਨੂੰ ਇੱਕ ਵਾਰੀ ਛੁੱਟੀ ਦਿਓ, ਆ ਜਾਓ ਜਨਾਬ। ਅਸਲਾਮ ਅਲੈਕਮ ਦੋਸਤੋ, ਸੁਬਾਹ ਦੀ ਵਾਕ ਕਰਨ ਤੋਂ ਬਾਅਦ ਹੁਣ ਅਸੀਂ ਬਣਾ ਰਹੇ ਹਾਂ ਬਦਾਮਾਂ ਦੀ ਸਰਦਾਈ। ਘੰਟਾ ਹੋ ਗਿਆ ਅਸੀਂ ਰਗੜਾ ਲਾਈ ਹੁੰਦੇ ਹਾਂ, ਜਿਹੜੇ ਬੰਦਿਆਂ ਨੇ ਗ੍ਰੈਂਡ ਕਰ ਲਈ ਹੈ, ਗ੍ਰੈਂਡ ਕਰਕੇ ਜਿਹੜਾ ਪੀਣਾ ਹੁੰਦਾ ਨਾ ਉਹ ਸਰਦੀਆਂ ਦੇ ਕੰਮ ਦੇ ਜਾਂਦਾ। ਚਲੋ ਨੇਮ ਗਰਮ ਦੋ 'ਚ ਤੁਸੀਂ ਇਸਤੇਮਾਲ ਕਰੋ, ਜਿਹੜਾ ਠੰਡਕ ਵਾਸਤੇ ਜਿਸਮ ਦੀ ਗਰਮੀ ਕਰਨ ਵਾਸਤੇ ਸਰਦਾਈ ਹੁੰਦੀ ਹੈ, ਉਸ ਨੂੰ ਤੁਸੀਂ ਐਂ ਦੋਰੀ ਵਿੱਚ ਰਗੜਨਾ, ਘੰਟਾ ਪੂਰਾ ਰਗੜਨਾ। ਬਦਾਮਾਂ ਦਾ ਤੇਲ ਕੱਢਣਾ ਹੁੰਦਾ ਹਾਂ, ਜਿਸ ਟਾਈਮ ਮਲਾਈ ਬਣ ਜਾਣ ਉਸ ਤੋਂ ਬਾਅਦ ਜਿਹੜਾ ਨਾ ਤਾਂ ਫਾਇਦਾ ਹੁੰਦਾ ਉਹਦਾ। ਅਤੇ ਅਸੀਂ ਵਾਰੋ ਵਾਰੀ ਜੁੜੇ ਪਏ ਹਾਂ, ਐਡਾ ਸੌਖਾ ਨਹੀਂ ਕੰਮ ਭਲਵਾਨੀ ਕਰਨਾ ਵੀ। ਹਾਂ ਵਾਹਿਗੁਰੂ, ਜ਼ੂਮ ਕਰਕੇ ਵਿਖਾ ਨਾ ਵਿੱਚ ਐਂ ਮਲਾਈ ਬਣਦਾ ਰਿਹਾ। ਵੈਰੀ ਗੁੱਡ, ਵੈਰੀ ਗੁੱਡ ਪਠਿਆ, ਮਲਾਈ ਕਰਦੇ ਮਲਾਈ। ਇਹ ਇੱਕ ਹੋਰ ਬੜਾ ਫਾਇਦਾ ਹੈ ਇਹਦੇ ਨਾਲ, ਡੋਲੇ ਜਿਹੜੇ ਨਾ ਬੜੇ ਫਿੱਟ ਬਣਦੇ ਨੇ, ਜਿਹੜਾ ਨਾ ਮੇਰੀ ਬਾਡੀ ਨਹੀਂ ਬਣ ਲਈ ਉਹ ਇੱਥੇ ਆਵੇ, ਇੱਥੇ ਆ ਕੇ ਗੰਡਾ ਰਗੜੇ। ਮੈਂ ਤੇ ਅੱਜ ਹੀ ਰਗੜਦਾ ਤੇ ਅੱਗੇ ਪੀਂਦੇ ਹੀ ਹਾਂ, ਤਾਂ ਵਾ ਉਹ ਕਰਕੇ ਖਾਣਾ ਔਖਾ ਹੈ, ਬਣਾਉਣ ਤਾਂ ਬੜੇ ਔਖੇ ਨੇ ਜੀ ਦੋਸਤੋ। ਤੇ ਅਸੀਂ ਹੁਣ ਰਗੜਾ ਲਾਇਆ 1.5 ਘੰਟਾ, ਤੁਸੀਂ ਸ਼ਾਇਦ ਵੇਖ ਰਹੇ ਹੋਣੇ ਕਿ ਪਹਿਲੇ ਲੋਕੇਸ਼ਨ ਪਿੱਛੋਂ ਹੋਰ ਸੀ, ਦੁਬਾਰਾ ਦੂਸਰੇ ਦਿਨ ਵੀਡੀਓ ਬਣਾ ਰਹੇ ਨੇ ਕਿ ਦੂਸਰੇ ਦਿਨ ਹੀ ਬਾਹਰ ਗਰਮੀ ਕਾਫੀ ਜ਼ਿਆਦਾ ਸੀ, ਉਸਦੀ ਵਜ੍ਹਾ ਤੋਂ 1.5 ਘੰਟਾ ਲੱਗਿਆ ਪੂਰਾ। ਕੈਮਰਾ ਮੈਨ ਤੁਹਾਨੂੰ ਵਿਖਾ ਸਕਦਾ ਆਟਾ ਘਰ ਛੱਲਿਆ ਪੂਰਾ, ਇਹ 1.5 ਮਿੰਟਾਂ 'ਚ ਨਹੀਂ ਪੋਲੇ ਜੇ ਆਖ ਦਿੰਦੇ ਕਿਵੇਂ ਬਣਦਾ ਹੈ, ਤਾਂ ਬੜਾ ਔਖਾ ਕੰਮ ਹੈ। ਪੂਰਾ 1.5-2 ਘੰਟੇ ਲੱਗੇ ਨੇ ਪੂਰੇ, ਉਸ ਤੋਂ ਬਾਅਦ ਤਿਆਰ ਹੋਇਆ ਜਾ ਕੇ, ਜਿਸ ਟਾਈਮ ਇਹ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਰਗੜਾ ਲੱਗ ਜਾਵੇ, ਉਸ ਤੋਂ ਬਾਅਦ ਤੁਸੀਂ ਜਿਹੜਾ ਨਾ ਇਸ 'ਚ ਪਾਣੀ ਪਾਉਣਾ ਹੈ। ਚਮਚ ਲੈ ਕੇ ਨਾ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ, ਲਾ ਲੈਣਾ। ਕੈਮਰਾ ਮੈਨ ਤੁਹਾਨੂੰ ਪਸੰਦ ਹੈ ਇਹ ਇਸ ਤਰ੍ਹਾਂ ਮਿਕਸ ਕਰਨਾ, ਕੈਮਰਾ ਮੈਨ ਲਿਆ ਹੋਣਾ ਇੱਥੇ ਉੱਤੇ। ਇੱਥੇ ਅਗਰ ਤੁਸੀਂ ਅੱਛੀ ਤਰ੍ਹਾਂ ਲਾ ਲਓਗੇ ਨਾ ਇਸਨੂੰ ਗੋਟੇ ਨੂੰ ਪਾਣੀ ਦੇ ਵਿੱਚ, ਤੇ ਫਿਰ ਤੁਹਾਨੂੰ ਨਾ ਜਿਸ ਟਾਈਮ ਤੁਸੀਂ ਗੁੰਨਣਾ ਨਾ ਕੱਪੜੇ ਨਾਲ, ਤੁਹਾਨੂੰ ਫਿਰ ਇਜ਼ੀ ਕੰਮ ਹੋ ਜਾਏਗਾ, ਕੱਪੜੇ ਦੇ ਵਿੱਚ ਫਿਰ ਫਸਦਾ ਨਹੀਂ, ਬਾਲਾ ਪਰੇਸ਼ਾਨੀ ਨਹੀਂ ਹੁੰਦੀ ਇਜ਼ੀ ਬਣ ਜਾਂਦਾ। ਜਿਸ ਟਾਈਮ ਅੱਛੀ ਤਰ੍ਹਾਂ ਹਿੱਲ ਜਾਵੇ ਉਸ ਤੋਂ ਬਾਅਦ ਅਸੀਂ ਤਾਂ ਨਾਰਮਲ ਚੀਨੀ ਯੂਜ ਕਰਦੇ ਹਾਂ, ਕਿਉਂਕਿ ਜਿਹੜੀ ਚੀਨੀ ਹੈ ਬੰਦੇ ਨੂੰ ਫੋਰਦੀ ਹੈ ਇਸ ਬੈਲ ਤੋਂ, ਜਿੰਨਾ ਕਿ ਤੁਹਾਨੂੰ ਈਜ਼ੀ ਹੋਵੇ, ਜਿੰਨਾ ਕਿ ਤੁਸੀਂ ਪਸੰਦ ਕਰਦੇ ਹੋ। ਕੋਸ਼ਿਸ਼ ਕਰਨੀ ਹੈ ਨਾਰਮਲ ਹੀ ਚੀਨੀ ਰੱਖਣੀ ਹੈ, ਉਹ ਤੁਸੀਂ ਪਾਣੀ ਹੈ, ਠੀਕ ਹੈ। ਚੀਨੀ ਵੱਖਰੀ ਨਾ ਪਾਈ ਜਿਸ ਟਾਈਮ ਚੜੀ ਰਵੇ ਜੀ, ਨਿਚੋੜ ਲਈ ਉਸ ਤੋਂ ਬਾਅਦ ਨਾ ਪਾ ਲਈਏ, ਬੈਸ ਤੇ ਹੁਣ ਵਿੱਚ ਰਲ ਜੇ ਕਿਸ ਤਰ੍ਹਾਂ, ਠੀਕ ਹੈ। ਤੁਸੀਂ ਇਤਨੀ ਕੋਸ਼ਿਸ਼ ਕਰਨੀ ਨਾਰਮਲ ਹੀ ਪਾਣੀ ਹੈ, ਬਾਰੇ ਸ਼ਕੀਨ ਹੈ ਤੇ ਹਿਸਾਬ ਦੀ ਆਪਣੇ ਪਾ ਲੈਣੀ ਹੈ, ਠੀਕ ਹੈ ਗੋਟਾ ਸਾਹਿਬ। ਪਾਣੀ ਹੋਰ ਪਾ ਲਓ, ਬੜਾ ਘਣਾ ਨਹੀਂ ਹੈ। ਹਾਂ ਜੀ ਦੋਸਤੋ,
ਗੋਟਾ ਹੋ ਗਿਆ ਤਿਆਰ, ਵਿੱਚ ਪਾਣੀ ਪਾ ਦਿੱਤਾ, ਹੁਣ ਬਸ ਪੀੜਨਾ ਇੱਕ ਵਾਰੀ ਨਾ ਜੀ ਦੋਸਤੋ। ਇਹਨੂੰ ਚੰਗੀ ਤਰ੍ਹਾਂ ਹਿਲਾਓ ਤੇ ਫਿਰ ਜਿਹੜਾ ਨਾ ਇੱਥੇ ਜਿਹੜਾ ਵਾਕ ਵਿੱਚ ਬਚਦਾ ਸਭ ਕੇ ਦਿਓ, ਜਿਹੜਾ ਠੀਕ ਠੀਕ ਹੋਵੇਗਾ ਉਹ ਵਿੱਚ ਮਸਲਾ ਨਿਕਲ ਜਾਏਗਾ ਬਾਹਰ, ਬਾਕੀ ਜਿਹੜੀ ਫੱਕ ਜੀ ਹੈਗੀ ਵਿੱਚੋਂ ਉਹ ਤੁਸੀਂ ਸਕਦੇ ਨਹੀਂ, ਜਾਂ ਲੰਗਰ ਸ਼ੰਗਰ ਵਿੱਚ ਖਵਾ ਸਕਦੇ ਹੋ, ਆਪ ਨਹੀਂ ਖਾਣੀ ਬਦਾਮਾਂ ਦੇ ਲਾਲਚ ਗੋਟਾ ਹੁਣ ਬਿਲਕੁਲ ਰੈਡੀ ਜੀ। ਇਸ ਤੋਂ ਬਾਅਦ ਤੁਸੀਂ ਹਲਕੀ ਜੀ ਨਾਰਮਲ ਜੀ ਬਰਫ਼ ਵੀ ਪਾ ਲੈਣ ਦੀ ਕੋਸ਼ਿਸ਼ ਕਰਨੀ ਹੈ। ਪਾਰਟ ਲੈਸ ਮੀ